ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ। ਇੱਕ ਖਬਰ ਤਾਂ ਇਹ ਹੈ ਜੀ ਕਿ ਪੁਲਿਸ ਨੇ ਕੱਲ੍ਹ ਇੱਕ ਸਟੇਟਮੈਂਟ ਦਿੱਤੀ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਘਟਨਾ ਵਾਪਰੀ ਆ ਐਡਮਿੰਟਨ ਦੇ ਸਾਊਥ ਵੈਸਟ ਵਿੱਚ 10 Avenue ਅਤੇ 42 Street 'ਤੇ। ਉੱਥੇ ਉਹਨਾਂ ਨੂੰ ਸਵੇਰੇ 5 ਵਜੇ ਕਾਲ ਜਾਂਦੀ ਹੈ ਜੀ, ਅਤੇ ਜਦੋਂ ਉੱਥੇ ਪੁਲਿਸ ਅਤੇ ਪੈਰਾਮੈਡੀਕਲ ਪਹੁੰਚਦੇ ਨੇ, ਕੀ ਹੁੰਦਾ ਵੀ ਜੇ ਇਸ ਵਿਅਕਤੀ ਦੇ ਸੱਟਾਂ ਲੱਗੀਆਂ ਨੇ ਇੱਕ ਔਰਤ ਦੇ, ਉਹ ਉੱਥੇ ਮੌਕੇ 'ਤੇ ਹੀ ਦਮ ਤੋੜ ਜਾਂਦੀ ਆ। ਔਰ ਇੱਕ ਵਿਅਕਤੀ ਜਿਹੜਾ ਉਸ ਔਰਤ ਨੂੰ ਪਹਿਚਾਣਦਾ ਜਾਂ ਜਾਣ ਪਛਾਣ ਸੀਗੀ, ਉਸ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਨੇ ਇਨਵੈਸਟੀਗੇਸ਼ਨ ਆਰੰਭੀ ਹੋਈ ਆ। ਇਦੋਂ ਵੱਧ ਗੱਲ ਉਹਨਾਂ ਨੇ ਨਹੀਂ ਦੱਸੀ, ਪਰ ਭਾਈਚਾਰੇ ਦੇ ਵਿੱਚ ਕਨਸੋਆਂ ਚੱਲ ਰਹੀਆਂ ਨੇ ਕਿ ਲੱਗਦਾ ਕਿ ਜਿਵੇਂ ਇਹ ਪਰਿਵਾਰਕ ਹਿੰਸਾ ਦਾ ਹਿੱਸਾ ਹੋਵੇ ਔਰ ਇੱਕ ਪੰਜਾਬਣ ਦੀ ਹੋਰ ਦੀ ਜਾਨ ਜਿਹੜੀ ਹੈ ਜੀ ਉਹ ਚਲੀ ਗਈ ਆ। ਇੱਕ ਦਵਾਈ ਹੈ ਜੀ ਜਿਹੜੀ ਬਣਾਈ ਤਾਂ ਇਹਨਾਂ ਨੇ ਸੀਗੀ ਵੇਟ ਲੋਸ ਲਈ ਨਹੀਂ, ਡਾਇਬੀਟਿਸ ਲਈ, ਮਤਲਬ ਜਿਹੜੇ ਲੋਕ ਡਾਇਬੈਟਿਕ ਨੇ ਉਹਨਾਂ ਲਈ ਉਹ ਦਵਾਈ ਬਣਾਈ ਗਈ ਸੀ। ਪਰ ਹੋਇਆ ਕੀ ਕਿ ਉਹਦੇ ਨਾਲ ਭਾਰ ਵੀ ਥੋੜ੍ਹਾ ਘੱਟਦਾ ਆ ਜਾਂ ਲੋਕਾਂ ਦੀ ਜਿਹੜੀ ਖਾਣ ਦੀ ਇੱਛਾ ਹੁੰਦੀ ਆ ਉਹ ਘੱਟਦੀ ਆ, ਅਤੇ ਬਹੁਤ ਸਾਰੇ ਲੋਕ ਉਹਨੂੰ ਭਾਰ ਘਟਾਉਣ ਵਾਲੀ ਦਵਾਈ ਦੇ ਤੌਰ 'ਤੇ ਹੀ ਲੈਣ ਲੱਗ ਪਏ ਨੇ। ਔਰ ਉਹਦੇ ਨਾਲ ਹੁਣ ਕੀ ਹੋਇਆ ਜੀ, ਭਈ ਜਿੱਥੇ ਲੋਕ ਉਹ ਦਵਾਈ ਲੈ ਰਹੇ ਨੇ ਅਤੇ ਕੁਝ ਇੱਕ ਵਿਅਕਤੀਆਂ ਦਾ ਕਹਿਣਾ ਆ, ਉਹਨਾਂ ਦੇ ਵਿੱਚੋਂ ਇੱਕ ਰੇਗਨ ਸੇਦਰ ਨਾਂ ਦੀ ਲੇਡੀ ਆ, ਉਹ ਕਹਿੰਦੀ ਭਈ ਮੇਰੀ ਉਹ ਦਵਾਈ ਖਾਣ ਤੋਂ ਬਾਅਦ ਜਿਹੜੀ ਐਪੇਟਾਈਟ ਹੈ ਨਾ ਇੱਛਾ ਖਾਣ ਦੀ, ਉਹ ਬਿਲਕੁਲ ਮਤਲਬ ਜੀ ਨਹੀਂ ਕਰਦਾ ਵੀ ਮੈਂ ਸਨੈਕ ਖਾਵਾਂ ਜਿੱਦਾਂ ਕਿ ਉਹ ਕਹਿੰਦੀ ਮੈਂ ਪਹਿਲਾਂ ਖਾਇਆ ਕਰਦੀ ਸੀ। ਸੋ ਹੁਣ ਉਹਨੇ ਉਹ ਸਨੈਕਸ ਖਾਣੇ ਬੰਦ ਕਰ ਦਿੱਤੇ ਅਤੇ ਆਪਣੇ ਫਰੈਸ਼ ਪ੍ਰੋਡਿਊਸ ਵਗੈਰਾ ਜਾਂ ਜਿਹੜਾ ਫਰੈਸ਼ ਸਟਾਫ ਮਿਲਦਾ ਜੀ ਪ੍ਰੋਟੀਨ ਵਾਲੀ ਡਾਇਟ ਉਹ ਉਹਨੇ ਖਾਣੀ ਆਰੰਭ ਕਰ ਦਿੱਤੀ। ਹੁਣ ਇਹਦੇ 'ਤੇ ਚਿੰਤਾ ਹੋ ਗਈ ਜੀ ਉਹਨਾਂ ਕੰਪਨੀਆਂ ਨੂੰ ਜਿਹੜੇ ਸਨੈਕਸ ਬਣਾਉਂਦੇ ਆ, ਵੀ ਭਾਈ ਲੋਕ ਆਪਣੀਆਂ ਹੈਬਿਟ ਬਦਲਣਗੇ ਤਾਂ ਸਾਡੀ ਬੋਟਮ ਲਾਈਨ ਨੂੰ ਘਾਟਾ ਪੈਣਾ, ਯਾਨੀ ਕਿ ਉਹਨਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਜਾਏਗਾ। ਸੋ ਇਸ ਕਰਕੇ ਉਹ ਬੜੇ ਧਿਆਨ ਦੇ ਨਾਲ ਇਹ ਸਾਰੀ ਗੱਲਬਾਤ ਨੂੰ ਘੋਖ ਰਹੀਆਂ ਨੇ, ਭਈ ਲੋਕ ਜਿਹੜੇ ਨੇ ਉਹ ਕਿਹੜੀ ਚੀਜ਼ ਖਾਂਦੇ ਆ ਜਾਂ ਕਿਹੜਾ ਸਮਾਨ ਹੁਣ ਗਾਂਹ ਤੋਂ ਉਹ ਕੀ ਕਹਿੰਦੇ ਜਦੋਂ ਆਉਣਗੇ ਦੁਕਾਨ ਵਿੱਚ ਖਰੀਦਣਗੇ। ਸੋ ਉਹਨਾਂ ਨੇ ਆਪਣਾ ਉਸ ਹਿਸਾਬ ਕਿਤਾਬ ਦੇ ਨਾਲ ਜੀ ਜਿਹੜੇ ਨਵੇਂ ਪ੍ਰੋਡਕਟਸ ਆ ਉਹ ਲਾਂਚ ਕਰਨਗੇ। ਪਰ ਕੁਝ ਕੁ ਵਿਅਕਤੀ ਕਹਿੰਦੇ ਵੀ ਦੇਖੋ ਇਹ ਨਾ ਇੱਕ ਐਵੋਲੂਸ਼ਨ ਹੀ ਆ, ਹਰ ਵਾਰੀ ਕੋਈ ਨਾ ਕੋਈ ਇੱਦਾਂ ਦਾ ਕੰਮ ਜਿਹਾ ਚੱਲਦਾ ਅਤੇ ਫਿਰ ਉਹ ਹਟ ਜਾਂਦਾ ਹੁੰਦਾ। ਜਿਵੇਂ ਤੁਹਾਨੂੰ ਪਤਾ ਪਹਿਲਾਂ ਡਾਇਟਸ ਆਈਆਂ ਜਾਂ ਜਿਹੜਾ ਫੂਡ ਬਣਿਆ ਬਣਾਇਆ ਆਉਂਦਾ ਸੀ ਉਹਦੇ ਬਾਰੇ ਬੜੀ ਗੱਲ ਚੱਲੀ ਸੀਗੀ, ਪਰ ਉਹ ਫਿਰ ਵਿੱਚੇ ਰਹਿ ਗਈ। ਕੁਝ ਲੋਕ ਕਹਿੰਦੇ ਜੀ ਵੀ ਜਿਹੜਾ ਘਰ ਦੇ ਵਿੱਚ ਆਪਣਾ ਸਮਾਨ ਕੁੱਕ ਕੀਤਾ ਹੁੰਦਾ ਨਾ ਉਹਦੇ ਨਾਲ ਦੀ ਰੀਸ ਨਹੀਂ ਗੀ ਉਹ ਹੈ। ਸੋ ਦੇਖੋ ਹੁਣ ਉਹ ਕੰਪਨੀਆਂ ਨੂੰ ਫਿਕਰ ਆ ਵੀ ਅਸੀਂ ਲੋਕਾਂ ਨੂੰ ਖਿਲਾਉਣਾ ਚਾਹੁੰਦੇ ਹਾਂ, ਪਰ ਉਹ ਜਿਵੇਂ ਤੁਹਾਨੂੰ ਦੱਸਿਆ ਉਹ ਸੇਦਰ ਕਹਿੰਦੀ ਆ ਵੀ ਮੈਂ ਤਾਂ ਹੁਣ ਉਹ ਜਿਹੜੀ ਸਨੈਕ ਵਾਲੀ ਆਇਲ ਹੁੰਦੀ ਆ ਨਾ ਉੱਦਾਂ ਹੀ ਸਕਿੱਪ ਕਰ ਜਾਂਦੀ ਹਾਂ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮਿੰਟਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।